ਸ੍ਰੀਕਾਲ ਜੀ ਸਾਰਿਆਂ ਨੂੰ, ਰਾਬਤਾ ਪਰਿਵਾਰ ਨੂੰ ਅਸੀਂ ਅੱਜ ਦੱਸਣ ਜਾ ਰਹੇ ਹਾਂ ਜੀ, ਸ਼ੋਅ ਹੋ ਰਿਹਾ ਇੱਥੇ ਸਤਿੰਦਰ ਸਰਤਾਜ ਦਾ, ਅਤੇ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਦੇ ਪ੍ਰਮੋਟਰ ਸਾਡੇ ਮਨਮੋਹਨ ਜੀ, ਤੁਹਾਡਾ ਸਵਾਗਤ ਹੈ ਜਨਾਬ। ਥੈਂਕ ਯੂ ਦੇਵ ਸਾਹਿਬ, ਥੈਂਕ ਯੂ ਜੀ, ਇੱਥੇ ਰਾਬਤਾ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਸ਼ੋਅ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ, ਸ਼ੋਅ ਸ਼ੁਰੂ ਹੋ ਚੁੱਕੇ ਨੇ ਆਲਰੇਡੀ, ਮਤਲਬ ਤਿਆਰੀ ਹੈ। ਹੁਣ ਅਗਲਾ ਸ਼ੋਅ ਕਿਹੜਾ ਭਾਅ ਜੀ? ਅਗਲਾ ਸ਼ੋਅ ਹੈਗਾ ਜੀ ਮੈਲਬਨ ਦਾ, ਐਂਡ ਮੈਲਬਨ ਦਾ ਹੈਗਾ ਜੀ 8 ਅਕਤੂਬਰ ਨੂੰ, ਵਿਚ ਇਜ਼ ਸੰਡੇ। ਹਾਂਜੀ। ਐਂਡ ਉਹ ਤੋਂ ਬਾਅਦ ਹੈਗਾ ਜੀ ਗੋਲਡ ਕੋਸਟ ਔਨ 12th ਅਕਤੂਬਰ ਔਨ ਟਿਊਜ਼ਡੇ। ਹਾਂਜੀ। ਐਂਡ ਉਹ ਤੋਂ ਬਾਅਦ ਸਾਡਾ ਬ੍ਰਿਸਬਨ ਸ਼ੋਅ ਹੈ ਜੀ 14 ਅਕਤੂਬਰ ਨੂੰ। ਸੋ ਉਹਦੇ ਲਈ ਤਿਆਰੀਆਂ ਜਿਹੜੀਆਂ ਮੁਕੰਮਲ ਨੇ? ਪੂਰੀਆਂ ਤਿਆਰੀਆਂ ਮੁਕੰਮਲ ਨੇ ਜੀ, ਅਤੇ ਸਾਡੀਆਂ ਟਿਕਟਾਂ ਵੀ ਆਲਮੋਸਟ ਅੱਧੀਆਂ ਸੋਲਡ ਆਊਟ ਹੋ ਚੁੱਕੀਆਂ ਨੇ। ਵੈਰੀ ਗੁੱਡ। ਅਤੇ ਸਾਰਿਆਂ ਨੂੰ ਰਿਕੁਐਸਟ ਵੀ ਕਰਦੇ ਹਾਂ ਕਿ ਭਾਈ ਛੇਤੀ ਛੇਤੀ ਲੈ ਲਓ ਟਿਕਟਾਂ ਆਪਣੀਆਂ ਹੁਣ। ਬਿਲਕੁਲ ਜੀ, ਬਿਲਕੁਲ। ਔਰ ਆਡੀਅੰਸ ਨੂੰ ਮੈਨੂੰ ਲੱਗਦਾ ਕਿ ਇਹ ਦੱਸਣ ਦੀ ਲੋੜ ਨਹੀਂ ਪੈਣੀ ਕਿ ਤੁਸੀਂ ਜ਼ਰੂਰ ਜਾਓ, ਕਿਉਂਕਿ ਹਰ ਇੱਕ ਫੈਮਿਲੀ, ਹਰ ਇੱਕ ਪਰਿਵਾਰ ਉੱਥੇ ਜਾਣ ਦਾ ਇੱਛੁੱਕ ਹੈ ਜੀ। ਔਰ ਮੈਨੂੰ ਇੰਨਾ ਕੁ ਪਤਾ ਕਿ ਜਿੱਦਾਂ ਪੋਸਟਰ ਬਾਹਰ ਆਇਆ ਸੀ, ਉਸੇ ਟਾਈਮ ਤੋਂ ਹੀ ਇਨਕੁਆਇਰੀਜ਼ ਜਿਹੜੀਆਂ ਫੈਮਿਲੀਜ਼ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਬਿਲਕੁਲ ਜੀ, ਬਿਲਕੁਲ, ਬਿਲਕੁਲ। ਸੋ ਮਤਲਬ ਹੁਣ ਗੱਲ ਕਰੀਏ ਆਪਾਂ ਈਵੈਂਟ ਦੇ ਲੋਕੇਸ਼ਨ ਦੀ ਭਾਜੀ। ਸੋ ਈਵੈਂਟ ਹੋ ਰਿਹਾ ਜੀ ਐਂਜਲੀਕਨ ਕਾਲਜ ਫੋਰੈਸਟ ਲੇਕ, ਸੈਂਟ ਜੌਨਸ ਐਂਜਲੀਕਨ ਕਾਲਜ ਫੋਰੈਸਟ ਲੇਕ, ਅਤੇ ਬਹੁਤ ਹੀ ਸੋਹਣਾ ਵੈਨਿਊ ਆ। ਥੀਏਟਰ ਟਾਈਪ ਸਿਟਿੰਗ ਆ ਜੀ, ਕੋਈ ਕੁਰਸੀਆਂ ਫਲੋਰ 'ਤੇ ਨਹੀਂ ਲੱਗਣੀਆਂ, ਚਾਹੇ ਤੁਸੀਂ ਪਿੱਛੇ ਵੀ ਬੈਠੇ ਹੋ, ਤੁਹਾਨੂੰ ਬਿਲਕੁਲ ਸਟੇਜ ਬਿਲਕੁਲ ਕਲੀਅਰ ਦਿਖੇਗੀ, ਅਤੇ ਪੂਰਾ ਪਰਿਵਾਰਕ ਮਾਹੌਲ ਉੱਥੇ ਬਣਾਇਆ ਜਾਵੇਗਾ ਜੀ। ਸਾਡੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਉੱਥੇ ਪੂਰਾ ਪਰਿਵਾਰਕ ਮਾਹੌਲ ਰਹੇ, ਅਤੇ ਓਬਵੀਅਸਲੀ ਸਤਿੰਦਰ ਸਰਤਾਜ ਜੀ ਦਾ ਨਾਮ ਹੀ ਹੈ, ਪਰਿਵਾਰਕ ਇੱਕ ਜਦੋਂ ਆਪਾਂ ਆਪਣੇ ਮਾਇੰਡ 'ਚ ਆਉਂਦੀ ਝਲਕ ਇੱਕ, ਉਦੋਂ ਝਲਕੀ ਸਾਰੀ ਪਰਿਵਾਰਕ ਆਉਂਦੀ ਹੈ ਆਪਾਂ। ਬਿਲਕੁਲ ਜੀ, ਬਿਲਕੁਲ। ਅਤੇ ਭਾਅ ਜੀ ਪਾਰਕਿੰਗ ਦਾ ਨੋਰਮਲੀ ਕੁਐਸਚਨ ਹੁੰਦਾ, ਪਾਰਕਿੰਗ ਬਾਰੇ ਤੁਸੀਂ ਦੱਸੋਗੇ ਕੋਈ ਪੇਡ ਹੈ ਜਾਂ ਕਿੱਦਾਂ? ਜੀ ਖੁੱਲ੍ਹੀ ਡੁੱਲੀ ਪਾਰਕਿੰਗ ਆ, ਅਤੇ ਫਰੀ ਆ ਪਾਰਕਿੰਗ ਉੱਥੇ। ਬਿਲਕੁਲ ਜੀ, ਬਹੁਤ ਵੱਡੀ ਗੱਲ ਹੈ ਕਿ ਫਰੀ ਪਾਰਕਿੰਗ ਆ। ਹਾਂਜੀ ਹਾਂਜੀ। ਐਂਡ ਯੈਸ, ਸੋ ਇਹ ਇੱਕ ਬਹੁਤ ਅੱਛੀ ਜਿਹੜੀ ਹੈਗੀ ਹੈ ਕਿ ਤੁਹਾਨੂੰ ਫਰੀ ਪਾਰਕਿੰਗ ਉੱਥੇ ਅਵੇਲੇਬਲ ਹੈ ਜੀ। ਸੋ ਕਰਾਊਡ ਦੇ ਅਕੋਰਡਿੰਗ ਬਹੁਤ ਅੱਛਾ ਵੈਨਿਊ ਹੈਗਾ, ਅਤੇ ਆਉਣ ਵਾਲੇ ਦਿਨਾਂ ਨੂੰ ਜਿਹੜਾ 14 ਅਕਤੂਬਰ ਦਾ ਜਿਹੜਾ ਦਿਨ ਹੈ, ਤੁਸੀਂ ਸਤਿੰਦਰ ਸਰਤਾਜ ਦੇ ਨਾਲ ਮਨਾਉਣਾ। ਸੋ ਸਤਿੰਦਰ ਤੋਂ ਲੈ ਕੇ ਸਰਤਾਜ ਤੱਕ ਦਾ ਸਫ਼ਰ ਤੁਹਾਨੂੰ ਉਹ ਗਾ ਕੇ ਦੱਸਣਗੇ, ਅਤੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ 14 ਅਕਤੂਬਰ ਨੂੰ। ਰਾਬਤਾ ਰੇਡੀਓ ਜਿੰਦਾਬਾਦ। ਯਾਦਾਂ ਤੇਰੀਆਂ ਤੇਰੇ ਤੋਂ ਚੰਗੀਆਂ ਨੇ ਹਾਏ, ਨੀਂਦਾਂ ਮੇਰੀਆਂ ਤੇਰਿਆਂ ਸੁਪਨਿਆਂ ਨੇ, ਵਾਰ ਵਾਰ ਵੇ ਵੈਰੀਆਂ ਡੰਗੀਆਂ ਨੇ ਹਾਏ, ਬੇਸ਼ੱਕ ਤੂੰ ਪਰਤ ਕੇ ਵੇਖਿਆ ਨਹੀਂ, ਸਰਤਾਜ ਰੀਜਾਂ ਸੂਲੀ ਟੰਗੀਆਂ ਨੇ, ਅਸੀਂ ਫੇਰ ਵੀ ਚੁੰਨੀਆਂ ਚਾਵਾਂ ਦੀਆਂ, ਤੇਰੇ ਚੀਰੇ ਦੇ ਵਰਗੀਆਂ ਰੰਗੀਆਂ ਨੇ। ਚਾਂਦਣੀ ਨੇ ਪੁੰਨਿਆਂ ਤੇ ਜਲ ਸਾ ਲਗਾਇਆ, ਸੱਤਾ ਝੀਲ ਨੂੰ ਵੀ ਆਇਆ, ਚੰਦ ਮੁਖ ਮਹਿਮਾਨ ਸੀ। ਚਾਂਦਣੀ ਨੇ ਪੁੰਨਿਆਂ ਤੇ ਜਲ ਸਾ ਲਗਾਇਆ, ਸੱਤਾ ਝੀਲ ਨੂੰ ਵੀ ਆਇਆ, ਚੰਦ ਮੁਖ ਮਹਿਮਾਨ ਸੀ। ਰਿਸ਼ਮਾਂ ਨੇ ਰਿਸ਼ਮਾਂ ਨੇ ਦੂਦਿਆਂ ਜੇ ਪਾਈ ਸੀ ਪੋਸ਼ਾਕ, ਮਾਰੀ ਤਾਰਿਆਂ ਨੂੰ ਹਾਕ, ਉਹ ਤਾਂ ਹੋਰ ਹੀ ਜਹਾਨ ਸੀ। ਉਹ ਰਿਸ਼ਮਾਂ ਨੇ ਦੂਦਿਆਂ ਜੇ ਪਾਈ ਸੀ ਪੋਸ਼ਾਕ, ਮਾਰੀ ਤਾਰਿਆਂ ਨੂੰ ਹਾਕ। ਸ਼ਰਾਬੀ ਹੋ ਗਏ ਪੌਰੇ, ਪੀ ਕੇ ਤੁਪਕਾ ਤਰੇੜ ਦਾ, ਰੁੱਖਾਂ ਥੱਲੇ ਡਿੱਗੇ ਪੈਸੀ ਹੋ ਕੇ ਲੱਟ ਪੌਰੇ, ਸ਼ਰਾਬੀ ਹੋ ਗਏ ਪੌਰੇ, ਪੀ ਕੇ ਤੁਪਕਾ ਤਰੇੜ ਦਾ। ਸ਼ੋਖ ਜਿਹੀਆਂ ਮੈਂ